ਨਿਯਮਾਂ ਸ਼ਰੀਫ ਸਾਬਤ ਕਰਨੇ ਆ ਜੀ, ਅਸਲਾ ਤੋਂ ਸਲਾਮ ਦਾ ਜ਼ਿਕਰ ਸਾਬਤ ਕਰਨੇ ਆ। ਮੈਂ ਆਪਦੇ ਪਿਓ ਅਨਵਰ ਦਾ ਨਹੀਂ ਆ, ਕਿਸੇ ਕੁੱਤੇ ਦਾ। ਜੇ ਮੈਂ ਦੀ ਨਾ ਹੋ ਜੇ ਨਾ ਸਾਬਤ ਹੋਇਆ ਤੇ ਅਸੀਂ ਸਾਬਤ ਕਰਤਾ, ਤੁਹਾਨੂੰ ਸੁਣੀ ਹੋਣਾ ਪੈਣਾ ਸਤਾਮ ਕਹਿਣਾ। ਕਾਲੀ ਸਾਹਿਬ ਇਹ ਗੱਲ ਕਰ ਰਹੇ ਨੇ ਜੇ ਅਸੀਂ ਸਤਾਮ ਹੀ ਦੇਵਾਂਗੇ ਤੁਹਾਡੇ ਤੋਂ ਵੀ ਲਾਂਗੇ, ਜੇ ਅਸੀਂ ਨਾ ਸਾਬਤ ਕਰ ਸਕੇ ਇਨਸ਼ਾਅੱਲਾ ਅਸੀਂ ਇਹ ਜੀ ਹੋ ਕੇ ਉੱਠਾਂਗੇ। ਜੇ ਅਸੀਂ ਸਾਬਤ ਕਰ ਚੁੱਕੇ ਇਨਸ਼ਾਅੱਲਾ ਤੁਸੀਂ ਖੁਦ ਵੀਡੀਓ ਦੇ ਵਿੱਚ ਇਹ ਗੱਲ ਕਰਕੇ ਉੱਠਣੀ, ਅਸੀਂ ਸੁਣੀ ਹੋ ਗਏ, ਖੁਦ ਵੀਡੀਓ ਵਿੱਚ ਇਹ ਗੱਲ ਕਰਕੇ ਉੱਠਣਾ। ਜੇ ਅਸੀਂ ਨਾ ਕਰ ਸਕੇ ਤੇ ਅਸੀਂ ਵੀਡੀਓ ਦੇ ਵਿੱਚ ਇਹ ਗੱਲ ਕਰਕੇ ਅਲਹਮਦੁਲਿਲਾ ਉੱਠਾਂਗੇ ਜੀ ਅਸੀਂ ਇਹ ਜੀ ਸਾਂ। ਜਿਹੜਾ ਮਰਜ਼ੀ ਮੌਲਵੀ ਸਦਾ ਲਓ, ਜਿੱਦਾਂ ਮਰਜ਼ੀ, ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈ। ਹਾਲਾਂਕਿ ਤੁਸੀਂ ਇਰਸ਼ਾਦ ਫਰਮਾਇਆ ਪਿਛਲੇ ਮਹਿਕਮਾ ਲਈ, ਮੈਂ ਖੁਦ ਹੀ ਕੋਸ਼ਿਸ਼ ਕਰਾਂਗਾ, ਲੇਕਿਨ ਸਾਡੇ ਲਈ ਵੀ ਪਾਬੰਦੀ ਨਹੀਂ ਹੈ। ਕੋਈ ਮਸਲਾ ਨਹੀਂ, ਜਿਹੜਾ ਮਨ ਦੀ ਯਾਦ ਮੇਰੀ ਇੱਕ ਵਾਰ ਆਏਗਾ, ਆਰਾਮ ਸਾਹਿਬ ਤਸ਼ਰੀਫ ਲੈ ਕੇ ਆਉਣ, ਵੈਲਕਮ ਟੂ ਦੀ ਵੀਡੀਓ ਬਣਾ। ਵੀਡੀਓ ਹੋਰ ਤੇਰਾ ਕੋਈ ਕੰਮ ਇੱਧਰ ਸੁਣ ਲਈ ਭਾਈ ਮੇਰਾ ਬੋਲਿਆ, ਕਾਰੀ ਸਾਹਿਬ ਬੋਲੇ ਨੇ, ਮੈਂ ਵਿੱਚ ਬੋਲਿਆ ਗੱਲ ਤੇ ਨਹੀਂ ਬੋਲਿਆ ਨਾ। ਹੁਣ ਮੇਰੀ ਜਿਹੜੀ ਗੱਲ ਸੀ, ਜਿਹੜੀ ਮੈਂ ਗੱਲ ਸ਼ੁਰੂ ਕੀਤੀ ਸੀ, ਉਸ ਗੱਲ ਦੇ ਵਿੱਚ ਇਹਨਾਂ ਨੇ ਇੱਕ ਚੁਆਨੀ ਜਿੰਨੀ ਵੀ ਗੱਲ ਨਹੀਂ ਕੀਤੀ। ਮੇਰਾ ਮੁਤਾਲਬਾ, ਪਹਿਲੀ ਗੱਲ ਮੈਂ ਸਿਰਫ ਇੰਨੀ ਕੀਤੀ ਸੀ ਕਿ ਜਿਹੜੀ ਆਪਣੀ ਵੀਡੀਓ ਬਣੀ ਸੀ, ਦੋ ਸ਼ਵਾਲ ਨੂੰ ਇਸੇ ਮਸਜਿਦ ਦੇ ਵਿੱਚ ਈਦ ਤੋਂ ਠੀਕ ਦੂਸਰੇ ਦਿਨ ਨਮਾਜ਼ ਮਗਰਬ ਤੋਂ ਬਾਅਦ, ਠੀਕ ਹੈ, ਮੈਂ ਸਿਰਫ ਇੰਨੀ ਗੱਲ ਕੀਤੀ ਕਿ ਤੁਸੀਂ ਮੈਨੂੰ ਉਹ ਜਿਹੜੀ ਆਪਣੀ ਵੀਡੀਓ ਬਣਾਈ ਹੈ, ਤੁਸੀਂ ਆਪਣੇ ਮੋਬਾਈਲ 'ਚ ਬਣਾਈ ਹੈ, ਕਾਰੀ ਸਾਹਿਬ ਦੇ ਹੱਥ ਦੇ ਵਿੱਚ ਮੋਬਾਈਲ ਹੈ, ਜਦਕਿ ਇਹ ਆਉਣ ਦਾ ਰਿਕਾਰਡ ਉਸ ਗੱਲ ਤੋਂ ਭੱਜ ਰਹੇ ਨੇ ਕਿ ਉਹ ਵਾਲੀ ਵੀਡੀਓ ਮੇਰੇ ਮੋਬਾਈਲ ਦੇ ਵਿੱਚ ਨਹੀਂ ਹੈਗੀ। ਮੈਂ ਇੰਨੀ ਗੱਲ ਕੀਤੀ ਕਿ ਤੁਸੀਂ ਸਾਡੀ ਉਹ ਜਿਹੜੀ ਪੁਰਾਣੀ ਆਪਣੀ ਵੀਡੀਓ ਬਣੀ ਹੈ, ਉਹਦੇ ਵਿੱਚ ਜੋ ਗੱਲਾਂ ਹੋਈਆਂ ਨੇ ਉਹ ਤੁਸੀਂ ਸਾਨੂੰ ਵੀਡੀਓ ਦਿਓ, ਠੀਕ ਹੈ। ਇਹਨਾਂ ਲੋਕਾਂ ਨੇ ਸਾਡਾ ਉਸ ਵੀਡੀਓ ਦੇ ਮੁਤਾਬਕ ਜੋ ਗੱਲ ਆਈ ਹੈ ਉਹਦੇ ਉੱਤੇ ਅੱਜ ਵੀ ਮੈਂ ਉਵੇਂ ਹੀ ਪੱਕਾ ਹਾਂ ਜਦੋਂ ਜਿਵੇਂ ਉਸ ਵੀਡੀਓ ਦੇ ਵਿੱਚ ਮੈਂ ਉਸ ਦਿਨ ਪੱਕਾ ਸੀ। ਮੈਂ ਇਹ ਗੱਲ ਕੀਤੀ ਸੀ ਕਿ ਸਾਡੇ ਹਾਂ ਇੱਥੇ ਮਸਲਾ ਬਣਿਆ ਨਮਾਜ਼ ਤੋਂ ਬਾਅਦ ਦੇ ਅਜ਼ਕਾਰ ਦਾ। ਕਾਲੀ ਸਾਹਿਬ ਨੇ, ਭਾਈ ਅਸ਼ਰਫ ਵਾਲੇ ਕੈਮਰਾ ਕਰੋ, ਕਾਲੀ ਸਾਹਿਬ ਨੇ ਭਾਈ ਅਸ਼ਰਫ ਦੇ ਸਾਹਮਣੇ, ਭਾਈ ਅਸ਼ਰਫ ਨੇ ਕਾਲੀ ਅਸ਼ਰਫ ਸਾਹਿਬ ਕੋਲੋਂ, ਅਸ਼ਰਫ ਵੱਟੂ ਨੇ ਕਾਲੀ ਅਸ਼ਰਫ ਸਾਹਿਬ ਕੋਲੋਂ ਮਸਲਾ ਪੁੱਛਿਆ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ ਫਰਜ਼ ਨਮਾਜ਼ ਤੋਂ ਬਾਅਦ ਬੁਲੰਦ ਆਵਾਜ਼ ਦੇ ਨਾਲ ਅਫਜ਼ਲ ਜ਼ਿਕਰ ਲਾ ਇਲਾਹਾ ਇਲਾ ਇਹ ਕਰਵਾਇਆ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ? ਅਸਲਾਤੁ ਵਸਲਾਮੁ ਅਲੈਕਾ ਯਾ ਰਸੂਲੁੱਲਾਹ ਦੇ ਮੁਰੱਬਜਾ ਅਲਫਾਜ਼ ਕਿਆ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਬੋਲੇ ਨੇ? ਕਾਰੀ ਅਸ਼ਰਫ ਸਾਹਿਬ ਇੱਧਰ ਕਰੋ ਚੱਲਦਾ, ਕਾਰੀ ਅਸ਼ਰਫ ਸਾਹਿਬ ਨੇ ਆਪਣੇ ਸਿਰ ਦੇ ਉੱਪਰ ਪੁਰਾਣੇ ਪਾਕ ਰੱਖ ਕੇ ਇਹ ਬਾਤ ਕੀਤੀ ਹੈ ਕਿ ਹਾਂ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਇਸੇ ਹੀ ਤਰੀਕੇ ਦੇ ਨਾਲ ਕੀਤਾ। ਇੱਕ ਵਾਰੀ ਇੱਧਰ ਕਾਰੀ ਸਾਹਿਬ ਵਾਲੇ ਕੈਮਰਾ ਕਰਿਆ ਕਿ ਮੈਂ ਕਾਰੀ ਸਾਹਿਬ ਤੋਂ ਜਵਾਬ ਲੈਣਾ। ਕਾਰੀ ਸਾਹਿਬ ਜਿਹੜੀ ਮੈਂ ਗੱਲ ਕਰ ਰਿਹਾ ਕੋਈ ਝੂਠ ਹੈ ਇਹਦੇ ਵਿੱਚ? ਅਗਰ ਮੈਂ ਝੂਠ ਬੋਲਾਂ ਜ਼ਿਕਰ ਸ਼ਰੀਫ ਦਾ ਜ਼ਿਕਰ ਹੋਇਆ ਸੀ, ਬੇਸ਼ੱਕ ਜ਼ਿਕਰ ਦੇ ਹਵਾਲੇ ਨਾਲ ਲਾ ਇਲਾਹਾ ਇਲੱਲਾ ਦਾ ਜ਼ਿਕਰ ਹੋਇਆ, ਲਾ ਇਲਾਹਾ ਇਲੱਲਾ, ਠੀਕ ਹੈ। ਮੇਰੀ ਬਾਤ ਸੁਣੋ, ਮੇਰੀ ਪੂਰੀ, ਮੈਂ ਤੁਹਾਨੂੰ ਇਹ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ, ਮੈਂ ਸਿਰਫ ਇੱਕ ਜਵਾਬ ਦੀ ਤੁਹਾਨੂੰ ਸਿਰਫ ਇਜਾਜ਼ਤ ਦਿੱਤੀ, ਸਿਰਫ ਤੁਹਾਨੂੰ ਮੈਂ ਤੁਹਾਡੇ ਕੋਲ ਸਿਰਫ ਹਾਂ ਨਾ ਦੇ ਜਵਾਬ ਲੈਣ ਦੀ ਮੈਂ ਤੁਹਾਨੂੰ ਇਜਾਜ਼ਤ ਦਿੱਤੀ, ਦੂਜੀ ਕਿਸੇ ਗੱਲ ਦੀ ਤੁਹਾਨੂੰ ਮੈਂ ਇਜਾਜ਼ਤ ਨਹੀਂ ਦਿੱਤੀ। ਦਾਦੀ ਸਮਝ, ਗੱਲ ਇੰਨੀ ਹੈ ਕਿ ਉਸ ਵੀਡੀਓ ਦੇ ਅੰਦਰ ਸਾਡੀ ਇਹ ਗੱਲ ਹੋਈ ਹੈ,
ਕਾਰੀ ਸਾਹਿਬ ਨੇ ਆਪਣੇ ਸਿਰ ਦੇ ਉੱਤੇ ਕੁਰਾਨ ਰੱਖਿਆ, ਇੱਧਰ ਕਰਿਆ ਜੀ, ਹਾਂਜੀ, ਤੁਸੀਂ ਪੁਰਾਣੇ ਪਾਕ ਰੱਖ ਕੇ ਗੱਲ ਕੀਤੀ ਨਾ, ਬਿਲਕੁਲ ਕੁਰਾਨ ਮਜੀਦ ਰੱਖਿਆ ਇਹਨਾਂ ਨੇ, ਪੁਰਾਣੇ ਪਾਕ ਸਿਰ ਦੇ ਉੱਪਰ ਰੱਖ ਕੇ ਜ਼ਿਕਰ ਸਾਬਿਤ ਕਰਨਾ ਸਾਰੇ ਜ਼ਿੰਮੇਦਾਰੀ ਕੁਰਾਨ ਮਜੀਦ, ਹਾਂਜੀ, ਜ਼ਿਕਰ ਗੁਲਾਮ ਨਵਾਜ਼ ਦੇ ਨਾਲ ਕਿਹੜਾ ਜ਼ਿਕਰ ਪੁੱਛਣਾ, ਕਿਹੜਾ ਕਲਮਾ ਸ਼ਰੀਫ ਦਾ ਜ਼ਿਕਰ ਸਾਬਿਤ ਕਰਨਾ, ਇਹ ਮੈਂ ਕੁਰਾਨ ਮਜੀਦ, ਨਹੀਂ ਨਹੀਂ, ਆਪਣੇ ਅਲਫਾਜ਼ ਤੇ ਦੱਸੋ ਕਿਹੜਾ, ਲਾ ਇਲਾਹਾ ਇਲਾ ਅੱਲਾਹ, ਇਹ ਜੋ ਅਹਿਲ ਸੁਨਨਤ ਇਜ ਤਮਾਈ ਸੂਰਤ ਜੋ ਉੱਚੀ ਹੈ, ਜ਼ਿਕਰ ਸ਼ਰੀਫ ਬਹੁਤ ਹੈ, ਇਜ ਤਮਾਈ ਸੂਰਤ ਦੇ ਅੰਦਰ ਗੁਲਾਮ ਨਵਾਜ਼ ਦੇ ਵਿੱਚ ਹਰ ਨਮਾਜ਼ ਤੋਂ ਬਾਅਦ ਹੈ, ਬਿਲਕੁਲ, ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ 13 ਸਾਲ ਜ਼ਿੰਦਗੀ ਗੁਜ਼ਾਰੀ ਮੱਕੇ 'ਚ ਹਿਜਰਤ ਤੋਂ ਪਹਿਲੇ, 10 ਸਾਲ ਗੁਜ਼ਾਰੀ ਮਦੀਨੇ ਦੇ ਵਿੱਚ ਹਿਜਰਤ ਤੋਂ ਬਾਅਦ, 23 ਸਾਲਾਂ ਨਬੀ ਜ਼ਿੰਦਗੀ ਦੇ ਅੰਦਰ ਹਰ ਨਮਾਜ਼ ਤੋਂ ਬਾਅਦ ਮਸਜਿਦ ਨਬੀ ਦੇ ਅੰਦਰ ਵੀ ਕੀ ਜਿਹੜੀ ਜਗ੍ਹਾ 'ਤੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ, ਨਹੀਂ ਜਿਹੜੀ ਗੱਲ ਹੈ ਪੂਰੀ ਕਰੀਏ, ਹਰ ਪੂਰੀ ਜ਼ਿੰਦਗੀ ਜੋੜਨਾ ਚਾਹੁੰਦਾ ਵਾ, ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਪੂਰੀ ਜ਼ਿੰਦਗੀ, ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਪੂਰੀ ਜ਼ਿੰਦਗੀ ਅਫਜ਼ਲ ਜ਼ਿਕਰ ਲਾ ਇਲਾਹਾ ਇਲੱਲਾ ਦਾ ਵਿਰਦ ਹਰ ਫਰਜ਼ੀ ਨਮਾਜ਼ ਤੋਂ ਬਾਅਦ ਇਜਤਮਾਈ ਸੂਰਤ ਦੇ ਅੰਦਰ ਬੁਲੰਦ ਆਵਾਜ਼ ਦੇ ਨਾਲ ਕੀਤਾ, ਕਾਰੀ ਸਾਹਿਬ ਦਾ ਦਾਵਾ, ਔਰ ਇਹਨਾਂ ਨੇ ਕੁਰਾਨ ਪਾਕ ਸਿਰ ਦੇ ਉੱਪਰ ਰੱਖ ਕੇ ਗੱਲ ਕੀਤੀ, ਔਰ ਉਸ ਤੋਂ ਬਾਅਦ ਈਦ ਤੋਂ ਦੂਸਰੇ ਦਿਨ ਜਦੋਂ ਮੈਂ ਇੱਥੇ ਨਮਾਜ਼ ਮਗਰਬ ਪੜ੍ਹੀ ਆ ਕੇ ਕਾਰੀ ਸਾਹਿਬ ਦੀ ਇਮਾਮਤ ਦੇ ਵਿੱਚ, ਕਾਰੀ ਸਾਹਿਬ ਨੇ ਜਮਾਤ ਕਰਵਾਈ ਹੈ, ਮੈਂ ਪਿੱਛੇ ਕਾਰੀ ਸਾਹਿਬ ਦੇ ਨਾਲ ਖੜਾ ਸੀ, ਠੀਕ ਹੈ, ਉਸ ਵਕਤ ਦੇ ਅੰਦਰ ਇਹਨਾਂ ਨੇ ਉਦੋਂ ਵੀ ਮੇਰੇ ਸਾਹਮਣੇ ਵੀ ਨਮਾਜ਼ ਤੋਂ ਬਾਅਦ ਅਸਲਾਤ ਵ ਸਲਾਮ ਅਲੈਕ ਯਾ ਰਸੂਲ ਅੱਲਾਹ ਦਾ ਜ਼ਿਕਰ ਕੀਤਾ ਹੈ, ਔਰ ਇਹਨਾਂ ਨੇ ਕਰਵਾਇਆ, ਕਹਿ ਸਕਦੇ ਕਰਵਾਇਆ ਕਿ ਨਹੀਂ ਕਰਵਾਇਆ ਤੁਸੀਂ, ਇਹ ਕਾਰੀ ਸਾਹਿਬ ਨੇ ਕਰਵਾਇਆ, ਇੱਧਰ ਕਰੋ ਕੈਮਰਾ, ਦਾਦੀ ਸਮਝ, ਕਾਰੀ ਸਾਹਿਬ ਨੇ ਕਰਵਾਇਆ, ਹਾਂ ਦੇ ਅੰਦਰ ਜਵਾਬ ਦੇ ਰਿਹਾ, ਕਰ ਸਰ ਥੋੜ੍ਹਾ ਜਿਹਾ ਨਾ ਉੱਚੀ ਆਵਾਜ਼ ਨਾਲ ਦੱਸੋ ਤਾਂ ਕਿ ਤੁਹਾਡੀ ਆਵਾਜ਼ ਰਿਕਾਰਡ ਹੋਵੇ, ਤੁਸੀਂ ਅਸਲਾਤ ਵ ਸਲਾਮ ਅਲੈਕ ਯਾ ਰਸੂਲ ਅੱਲਾਹ ਦਾ ਜ਼ਿਕਰ ਨਮਾਜ਼ ਤੋਂ ਬਾਅਦ ਕਰਵਾਇਆ ਨਾ ਉਸ ਦਿਨ ਮਗਰਬ ਤੋਂ ਬਾਅਦ, ਅਲਹਮਦੁਲਿਲਾ ਜੀ, ਅਲਹਮਦੁਲਿਲਾ, ਇਹਨਾਂ ਨੇ ਇਹੋ ਹੀ ਚੀਜ਼ ਸਾਬਤ ਕਰਨੀ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਜ਼ ਨਮਾਜ਼ ਤੋਂ ਬਾਅਦ ਅਸਲਾਤ ਵ ਸਲਾਮ ਅਲੈਕ ਯਾ ਰਸੂਲ ਅੱਲਾਹ, ਔਰ ਮੁਰਵਜਾ ਜਿਹੜੇ ਅਲਫਾਜ਼ ਨੇ ਅਸਲਾਤ ਵ ਸਲਾਮ ਅਲੈਕ ਯਾ ਰਸੂਲ ਅੱਲਾਹ ਦੇ ਅਲਫਾਜ਼, ਔਰ ਅਫਜ਼ਲ ਜ਼ਿਕਰ ਲਾ ਇਲਾਹਾ ਇਲੱਲਾ, ਇਸ ਚੀਜ਼ ਨੂੰ ਕਾਰੀ ਸਾਹਿਬ ਨੇ ਸਿਰ ਦੇ ਉੱਤੇ ਕੁਰਾਨ ਰੱਖ ਕੇ ਇਹ ਗੱਲ ਕੀਤੀ, ਔਰ ਇਹਨਾਂ ਨੇ ਸਾਬਤ ਕਰਨਾ, ਔਰ ਇਹਦੇ ਵਾਸਤੇ ਇਹਨਾਂ ਨੇ ਆਪਣੇ ਜ਼ੁਬਾਨ ਨਾਲ, ਇਹਨਾਂ ਨੇ ਸਾਡੇ ਕੋਲ 10 ਦਿਨ ਦਾ ਟਾਈਮ ਲਿਆ ਸੀ, ਜਿਹੜਾ ਕਿ ਅੱਜ ਤੋਂ 2 ਦਿਨ ਪਹਿਲੇ ਸੋ ਇਤਵਾਰ ਵਾਲੇ ਦਿਨ ਟਾਈਮ ਇਹਨਾਂ ਦਾ ਗੁਜ਼ਰ ਚੁੱਕਿਆ ਹੈ, ਅਸੀਂ ਆਏ ਸਾਂ, ਹਾਂਜੀ, ਅਸੀਂ ਭਾਈਜਾਨ ਆਏ ਸੀ ਜਾਂ ਨਹੀਂ, ਇਤਵਾਰ ਵਾਲੇ ਦਿਨ, ਇੱਧਰ ਵੇਖੋ, ਅਸੀਂ ਇਤਵਾਰ ਵਾਲੇ ਦਿਨ ਆਏ ਹਾਂ, ਔਰ ਕਾਰੀ ਸਾਹਿਬ ਵੀ ਆਏ ਸਨ ਜੀ, ਕਾਰੀ ਸਾਹਿਬ ਪਿੱਛੇ ਗਏ ਸੀ, ਆਪਣੀ ਜ਼ੁਬਾਨ ਨਾਲ ਇਹਨਾਂ ਨੇ ਆਖਿਆ ਕਿ ਅਸੀਂ ਠੀਕ 10 ਦਿਨ ਬਾਅਦ ਇਸੇ ਜਗ੍ਹਾ ਤੇ ਆਵਾਂਗੇ, ਲੇਕਿਨ ਇਹ ਆਪਣੇ ਜਿਹੜਾ ਮੌਕਫ ਸੀ 10 ਦਿਨ ਬਾਅਦ ਇਹ ਆਪਣੀ ਜਗ੍ਹਾ ਤੇ ਮੌਜੂਦ ਨਹੀਂ ਹੋਏ, ਠੀਕ ਹੈ, ਉਸ ਤੋਂ ਬਾਅਦ ਅਸੀਂ ਉਸ ਦਿਨ ਆਇਆ, ਅਸੀਂ ਇਹਨਾਂ ਨਾਲ ਕਾਲ ਵੀ ਕੀਤੀ, ਰਿਕਾਰਡਿੰਗ ਵੀ ਕੀਤੀ। ਅੱਛਾ, ਹੁਣ ਗੱਲ ਇਹ ਹੈ ਜਿਹੜੀ ਸਾਡੀ ਉਸ ਦਿਨ ਦੀ ਰਿਕਾਰਡਿੰਗ ਸੀ, ਉਹ ਪਹਿਲੀ ਗੱਲ ਇਹ ਸਾਡੀ ਰਿਕਾਰਡਿੰਗ ਨਹੀਂ ਦੇ ਰਹੀ, ਰਿਕਾਰਡਿੰਗ ਨੂੰ ਛੁਪਾ ਰਹੇ ਨੇ, ਹੱਕ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਦਕਿ ਮੋਬਾਈਲ ਇਹਨਾਂ ਦੇ ਹੱਥ ਦੇ ਅੰਦਰ ਮੌਜੂਦ ਹੈ, ਐਸੇ ਮੋਬਾਈਲ ਦੇ ਅੰਦਰ ਵੀਡੀਓ ਬਣੀ ਹੈ, ਔਰ ਇਸ ਭਾਈ ਨੇ ਵੀਡੀਓ ਬਣਾਈ ਹੈ, ਮਾਨਾ ਜਿਹੜਾ ਮੇਰੇ ਕੋਲ ਬੈਠਾ ਹੈ, ਇਹਨਾਂ ਨੇ ਇਹ ਹੁਣ ਮੈਨੂੰ ਇਹ ਗੱਲ ਕਰਦੇ ਨੇ ਕਿ ਜੀ ਤੁਸੀਂ ਸਾਡੇ ਨਾਲ ਇਸਤਾਮ ਕਰੋ, ਤੁਸੀਂ ਸਾਡੇ ਨਾਲ ਬਹਿ ਕੇ ਗੱਲ ਕਰੋ, ਅਸੀਂ ਸੁਣਨੀ, ਜੇ ਤੁਸੀਂ ਸਾਨੂੰ ਕਾਇਲ ਕਰਦਾ ਅਸੀਂ ਪਹਿਲੇ ਵੀ ਸੋ ਤੋਂ ਉੱਠਾਂਗੇ, ਅਤੇ ਜੇ ਤੁਸੀਂ ਅਸੀਂ ਤੁਹਾਨੂੰ ਕਾਇਲ ਕਰ ਲਿਆ ਤਾਂ ਤੁਸੀਂ ਬਰੇਕ ਵੀ ਹੋ ਤੋਂ ਉੱਠੋਗੇ। ਮੈਂ ਇਹ ਗੱਲ ਕਰਨਾ ਕਿ ਇਹਨਾਂ ਮਸਜਿਦ ਦੇ ਅੰਦਰ ਬਾ ਵਜ਼ੂ ਉਦੋਂ ਇਹ ਗੱਲ ਕੀਤੀ ਸੀ ਕਿ ਅਸੀਂ ਸਾਰਾ ਕੁਛ ਕਰਾਂਗੇ, ਵੀਡੀਓ ਦਾ ਇਹਨਾਂ ਨੇ ਮੇਰੇ ਨਾਲ 10 ਵਾਰੀ ਵਾਅਦਾ ਕੀਤਾ, ਅੱਜ ਤੀਕਰ ਇਹਨਾਂ ਨੇ ਮੈਨੂੰ ਵੀਡੀਓ ਨਹੀਂ ਦਿੱਤੀ। ਜਿਹੜਾ ਬੰਦਾ ਆਪਣੀ ਇੱਕ ਗੱਲ ਦੇ ਉੱਤੇ ਪੱਕਾ ਨਹੀਂ, ਮੈਂ ਉਸ ਬੰਦੇ ਦੀ ਦੂਜੀ ਗੱਲ ਦੇ ਉੱਤੇ ਕਿਵੇਂ ਯਕੀਨ ਕਰਾਂਗਾ।
ਸਭ ਤੋਂ ਪਹਿਲੇ ਇੱਕ ਮਿੰਟ ਪੂਰੀ ਗੱਲ ਹੋ ਰਹੀ ਹੈ। ਮੈਂ ਤੁਹਾਨੂੰ ਇਹ ਗੱਲ ਕੀਤੀ ਸੀ ਕਿ ਮੇਰੀ ਗੱਲ ਦੇ ਦੌਰਾਨ ਬੋਲਣਾ ਨਹੀਂ, ਮੇਰੀ ਗੱਲ ਦੇ ਦੌਰਾਨ ਬੋਲਣਾ ਨਹੀਂ, ਗੱਲ ਗੱਲ ਨਹੀਂ ਹੋ ਜਾਏ ਇੱਥੇ ਰਹਿ ਕੇ ਲਾਓ। ਮੈਂ ਸਭ ਤੋਂ ਪਹਿਲੇ ਗੱਲ ਸੁਣ ਕੇ ਸਾਰੇ ਤੋਂ ਸਾਰੇ ਗੱਲ ਸਾਰੀ ਮੈਂ ਨਹੀਂ ਹੋ ਰਹਾ ਸਭ ਦੇ ਦੌਰਾਨ ਮੈਂ ਬੋਲਿਆ ਜੇ ਕਰਮਾ ਸ਼ਰੀਫ ਇੱਕ ਮਿੰਟ ਮੈਂ ਤੇ ਗੱਲ ਬਾਅਦ ਚ ਨਹੀਂ ਤੁਸੀਂ ਮੈਂ ਤੇ ਗੱਲ ਦੇ ਦੌਰਾਨ ਬੋਲਿਆ ਜੇ ਕਰਮਾ ਸ਼ਰੀਫ ਫਸਟ ਹੋ ਗਿਆ ਤੇਰੀ ਗੱਲ ਦੇ ਦੌਰਾਨ ਬੋਲਿਆ ਮੇਰੀ ਗੱਲ ਹੋਇਓ ਮੈਂ ਤੇਰੀ ਗੱਲ ਦੇ ਦੌਰਾਨ ਮੇਰੀ ਗੱਲ ਬੋਲਿਆ ਇਨਸ਼ਾਅੱਲਾ ਮੈਂ ਬਾਹਰ ਲਈ ਬੈਠਾ ਮੈਂ ਤੇਰੀ ਗੱਲ ਦੇ ਦੌਰਾਨ ਬੋਲਿਆ ਮੈਂ ਬਾਹਰ ਲਈ ਬੈਠਾ ਮੈਂ ਤੇਰੀ ਗੱਲ ਦੇ ਦੌਰਾਨ ਬੋਲਿਆ ਉੱਠਣਾ ਪਿਆਗਾ ਇਨਸ਼ਾਅੱਲਾ ਮੈਂ ਤੇਰੀ ਗੱਲ ਦੇ ਦੌਰਾਨ ਬੋਲਿਆ ਮੇਰੀ ਗੱਲ ਸੁਣ ਲਓ ਜੀ ਮੈਂ ਪੜ੍ਹਾਂਗਾ ਮੈਂ ਇਨਸ਼ਾਅੱਲਾ ਬਾਹਰ ਦੇ ਤਿਆਰ ਹੱਥ ਨਹੀਂ ਲਾਣਾ ਹੱਥ ਨਾ ਲਾ ਤੁਸੀਂ ਦਿਓ ਗੱਲ ਇੱਕ ਬੋਲ ਲੈ ਲੈ ਤੂੰ ਇਹ ਬਰਦਾਸ਼ਤ ਹੁੰਦਾ ਸਾਰੇ ਬੋਲੇ ਨੇ ਮੈਂ ਕੱਲ ਨਹੀਂ ਬੋਲਿਆ ਜਿਹੜਾ ਮੇਨ ਮਸਲਾ 10 ਦਿਨਾਂ ਬਾਅਦ ਟਾਈਮ ਬਣਿਆ ਸੀ 10 ਦਿਨਾਂ ਤੋਂ ਬਾਅਦ ਠੀਕ ਹੈ ਜੀ 10 ਦਿਨਾਂ ਤੋਂ ਬਾਅਦ ਜੇ ਮੇਰੀ ਗੱਲ ਮੁਕੰਮਲ ਨਹੀਂ ਹੋਈ ਨਹੀਂ ਮੈਂ ਤੁਹਾਨੂੰ ਦੱਸਦੀ ਹਾਂ ਗੱਲ ਮਿਟੋ ਕੇ 10 ਦਿਨਾਂ ਬਾਅਦ ਮੈਂ ਨਾ ਤੂੰ ਬਾਲੇ ਲਈ ਬੇਟਾ ਮੌਲਵੀ ਨੂੰ ਕਿਸੇ ਦਿਆ ਸਲਾਮ ਦਾ ਜ਼ਿਕਰ ਸਾਬਤ ਕਰਨੇ ਆ ਮੈਂ ਆਪਦੇ ਪਿਓ ਅਨਵਰ ਦਾ ਨਹੀਂ ਆ ਕਿਸੇ ਕੁੱਤੇ ਦਾ ਜੇ ਮੈਂ ਤੁਸੀਂ ਨਾ ਹੋ ਜੇ ਨਾ ਸਾਬਤ ਹੋਇਆ ਤੇ ਅਸੀਂ ਸਾਬਤ ਕਰਤਾ ਤੁਹਾਨੂੰ ਸੁਣੀ ਹੋਣਾ ਪੈਣਾ ਸਤਾਮ ਕਹਿਣ ਦਾ ਦਾਗ ਤੁਸੀਂ ਸਬੂਤ ਦਿਓ ਜੇ ਕੱਲ ਨੂੰ ਤੁਸੀਂ ਇੱਥੇ ਆਪਣਾ ਮਰਾਦਰਾ ਹੋ ਰਿਹਾ ਕੱਲ ਨੂੰ ਕੁਛ ਸ਼ਿਕਾਇਤ ਕਰ ਦਿੰਦਾ ਪੁਲਿਸ ਨੂੰ ਜਿੰਨੀ ਮਰਜ਼ੀ ਕਰਿਓ ਹੈ ਕਿਹੜਾ ਤਰੀਕਾ ਵਿੱਚ ਗੱਲ ਦੂਸਰੇ ਗੱਲ ਟੋਕ ਕੇ ਨਹੀਂ ਕਰੀਦੀ ਮੈਂ ਇੱਕ ਤੁਹਾਨੂੰ ਅਰਜ਼ ਕਰਨਾ ਇਹ ਮੁਕੰਮਲ ਕਰ ਲੈਣਗੇ ਫਿਰ ਅਸੀਂ ਚੁੱਪ ਕਰ ਜਾਵਾਂਗੇ ਫਿਰ ਤੁਸੀਂ ਕਰ ਲਈਓ ਗੱਲ ਤਾਂ ਇੱਦਾਂ ਹੀ ਹੁੰਦੀ ਹੈ ਇੱਧਰ ਰੌਲਾ ਜਿਹਦਾ ਕੁਛ ਸਿੱਖਣਾ ਚਲੋ ਬੋਲੋ ਅੱਛਾ ਹੁਣ ਬਾਤ ਇਹ ਹੈ ਕਿ ਮੈਂ ਇਹਨਾਂ ਦਾ ਸਬਰ